ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਇਹ ਤਸਵੀਰਾਂ ਖੰਨਾ ਦੇ ਸਮਰਾਲਾ ਇਲਾਕੇ ਦੀਆਂ ਨੇ। ਇੱਥੇ ਇੱਕ ਟਰੱਕ ਬੇਕਾਬੂ ਹੋ ਗਿਆ। ਬ੍ਰੈਡ ਸਪਲਾਈ ਕਰਨ ਵਾਲੇ ਇਸ ਟਰੱਕ ਨੇ ਕਈ ਵਾਹਨਾਂ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਵਿੱਚ 3 ਗੱਡੀਆਂ ਅਤੇ ਕਈ ਦੁਪਹੀਆ ਵਾਹਨ ਸ਼ਾਮਲ ਸੀ। ਜਿਸ ਵੇਲੇ ਇਹ ਹਾਦਸਾ ਹੋਇਆ, ਮੌਕੇ ਦੇ ਉੱਤੇ ਹੜਕੰਪ ਮੱਚ ਗਿਆ, ਕਿਉਂਕਿ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਆਖਿਰਕਾਰ ਹੋ ਕੀ ਗਿਆ। ਪਰ ਇਹ ਸਾਰੀ ਘਟਨਾ CCTV ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਆਉਣ ਵਾਲੀਆਂ ਤਸਵੀਰਾਂ 'ਚ ਤੁਹਾਨੂੰ ਇਹ ਘਟਨਾ ਦਿਖਾਵਾਂਗੇ, ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਓਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਬੋਨ ਬ੍ਰੈਡ ਦਾ ਇਹ ਟਰੱਕ ਬੇਕਾਬੂ ਹੋ ਗਿਆ। ਬੇਕਾਬੂ ਹੁੰਦੇ ਸਾਰ ਇਸਨੇ ਕਈ ਗੱਡੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ। ਅਗਲੀਆਂ ਤਸਵੀਰਾਂ 'ਚ ਵੇਖੋ ਕਿਵੇਂ ਹੋਇਆ ਇਹ ਹਾਦਸਾ।